ਈਕੋ ਸਿੱਖ ਸੰਸਥਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮਨਾਉਂਦਿਆਂ ਬਠਿੰਡਾ ਦੇ ਵਿੱਚ ਪਹਿਲਾ ਗੁਰੂ ਨਾਨਕ ਪਵਿੱਤਰ ਜੰਗਲ ਤਿਆਰ ਕਰ ਦਿੱਤਾ ਗਿਆ ਹੈ। ਬਠਿੰਡਾ ਦੇ ਪਿੰਡ ਗਿਲਪੱਤੀ ਵਿੱਚ ਲੱਗੇ ਇਸ ਜੰਗਲ ਦੀ ਅਗਵਾਈ ਇਹ ਫੋਰੈਸਟ ਦੇ ਸੰਸਥਾਪਕ ਅਤੇ ਭਾਰਤ ਦੇ ਮਾਹਿਰ ਸ਼ੁਭੇਂਦੂ ਸ਼ਰਮਾ ਨੇ ਕੀਤੀ। ਈਕੋ ਸਿੱਖ ਸੰਸਥਾ ਦੇ ਪ੍ਰੋਜੈਕਟ ਮੈਨੇਜਰ ਰਵਨੀਤ ਸਿੰਘ ਨੇ ਇੱਕ ਵੀਡੀਓ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਭਰ ਤੋਂ ਆਏ 100 ਤੋਂ ਵੱਧ ਸਿੱਖਿਆਰਥੀਆਂ ਨੂੰ ਜੰਗਲ ਲਗਾਉਣ ਦੀ ਵਿਧੀ ਸਿਖਾਈ ਗਈ। ਇਹ ਵਿਧੀ 100 ਵਰਗ ਮੀਟਰ ਜਗ੍ਹਾ ਦੇ ਵਿੱਚ 350 ਬੂਟੇ ਲਗਾ ਕੇ ਸਿਖਾਈ ਗਈ ਸੀ। ਇਹ ਆਪਣੀ ਕਿਸਮ ਦਾ ਪਹਿਲਾ ਜੰਗਲ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਵਾਲੰਟੀਅਰਾਂ ਨੇ ਤਿਆਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ 13 ਮਾਰਚ ਨੂੰ ਸ਼ੁਰੂ ਹੋਏ ਇਸ ਪਵਿੱਤਰ ਜੰਗਲ ਤੋਂ ਬਾਅਦ 58 ਜੰਗਲ ਹੁਣ ਤੱਕ ਤਿਆਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਮਿੰਨੀ ਜੰਗਲ ਪੰਜਾਬ ਦੇ ਖਤਮ ਹੋ ਚੁੱਕੇ ਜੰਗਲੀ ਖਿੱਤੇ ਨੂੰ ਵਾਪਸ ਲਿਆਉਣ ਦਾ ਪ੍ਰਭਾਵਸ਼ਾਲੀ ਅਤੇ ਕੁਦਰਤੀ ਤਰੀਕਾ ਹੈ, ਜਿਸ ਨਾਲ ਹਰ ਕੋਈ 200 ਵਰਗ ਮੀਟਰ ਥਾਂ ਵਿੱਚ 550 ਤੋਂ ਵੱਧ ਰੁੱਖ ਲਗਾ ਸਕਦਾ ਹੈ। ਇਹ ਜੰਗਲ 30 ਗੁਣਾ ਵੱਧ ਸੰਘਣੇ, 100% ਬਾਇਓਡਾਇਵਰਸ ਅਤੇ ਕੁਦਰਤੀ ਹਨ। ਇਹਨਾਂ ਜੰਗਲਾਂ ਦੇ ਵਿੱਚ 99% ਤੋਂ ਵੱਧ ਰੁੱਖ ਬਚੇ ਰਹਿੰਦੇ ਹਨ ਅਤੇ ਇਹਨਾਂ ਨੂੰ ਘੱਟੋ ਘੱਟ ਦੇਖਭਾਲ ਦੀ ਲੋੜ ਹੁੰਦੀ ਹੈ। ਸਾਹ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, 6 ਮਹੀਨੇ ਪਹਿਲੇ, ਕਰੀਬ 200 ਦਿਨ ਪਹਿਲੇ, 13 ਮਾਰਚ ਨੂੰ ਰਚਿਆ ਗਿਆ ਇਤਿਹਾਸ। ਹਾਂਜੀ, ਇਤਿਹਾਸ ਪੰਜਾਬ ਦੀ ਧਰਤੀ ਦੀ ਸਾਰ ਸੰਭਾਲ ਲਈ ਸੇਵਾ ਰੂਪ ਵਿੱਚ ਸੰਗਤ ਵੱਲੋਂ ਲਗਾਇਆ ਗਿਆ ਇਹ ਗੁਰੂ ਨਾਨਕ ਪਵਿੱਤਰ ਜੰਗਲ, ਪਹਿਲਾ ਗੁਰੂ ਨਾਨਕ ਪਵਿੱਤਰ ਜੰਗਲ ਜਿਹਦੇ ਵਿੱਚ 100 ਤੋਂ ਵੱਧ ਪੰਜਾਬ ਦੇ ਨੌਜਵਾਨਾਂ ਦੀ ਜੰਗਲ ਲਗਾਉਣ ਦੀ ਟ੍ਰੇਨਿੰਗ ਕੀਤੀ ਗਈ ਸ਼ੁਭੇਂਦੂ ਸ਼ਰਮਾ ਵੱਲੋਂ, ਤੇ ਜਪਾਨੀ ਤਰੀਕੇ ਨਾਲ ਮੈਥੋਡੋਲੋਜੀ ਜਿਹਨੂੰ ਮਿਆਵਾਕੀ ਮੈਥੋਡੋਲੋਜੀ ਕਿਹਾ ਜਾਂਦਾ, ਉਹਦੇ ਨਾਲ ਅਸੀਂ ਲਗਾਏ ਗੁਰੂ ਨਾਨਕ ਪਵਿੱਤਰ ਜੰਗਲ। ਤੇ ਇਸ ਤਰ੍ਹਾਂ ਹੋਂਦ ਵਿੱਚ ਆਏ 58 ਗੁਰੂ ਨਾਨਕ ਪਵਿੱਤਰ ਜੰਗਲ ਪਿਛਲੇ 200 ਦਿਨਾਂ ਦੇ ਵਿੱਚ। 13 ਮਾਰਚ 2019 ਨੂੰ ਜਦੋਂ ਇਹ ਜੰਗਲ ਲਗਾਇਆ ਗਿਆ ਸੀ ਤਾਂ 2.5-3 ਫੁੱਟ ਦੇ ਬੂਟੇ ਸਿਰਫ 6-6 ਪੱਤੇ ਕੈਰੀ ਕਰ ਰਹੇ ਸੀ, ਤੇ ਅੱਜ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਿੱਦਾਂ ਇਹ ਪੱਤੇ ਵੱਧ ਫੁੱਲ ਰਹੇ ਨੇ, ਤੇ ਪੰਜਾਬ ਦੇ ਪੌਣ ਪਾਣੀ, ਇੱਥੋਂ ਦੀ ਤਾਜ਼ੀ ਆਬੋ ਹਵਾ, ਜ਼ਮੀਨ ਦੇ ਹੇਠਾਂ ਜਿਹੜਾ ਪਾਣੀ ਘੱਟ ਰਿਹਾ ਉਹਦਾ ਸੰਭਾਲ ਕਰਨ ਦਾ ਇਹ ਸਰਮਾਇਆ ਬਣਿਆ ਗੁਰੂ ਨਾਨਕ ਪਵਿੱਤਰ ਜੰਗਲ। ਤੇ ਹੋਰ ਸਾਰੇ ਗੁਰੂ ਨਾਨਕ ਪਵਿੱਤਰ ਜੰਗਲ ਜੋ ਕਿ ਪੰਜਾਬ ਭਰ ਦੇ ਵਿੱਚ ਲੱਗੇ ਨੇ, ਇਹ ਸਾਰੇ ਪੰਜਾਬ ਦੀ ਘਟਦੀ ਹੋਈ ਬਾਇਓਡਾਇਵਰਸਿਟੀ ਨੂੰ ਸੰਭਾਲਣ ਵਾਸਤੇ ਤਾਂ ਬਣੇ ਨੇ। ਪੰਜਾਬ ਵਿੱਚ ਜਿੰਨੇ ਕੀੜੇ ਮਕੌੜੇ ਨੇ, ਭਮੱਕੜ ਨੇ, ਤਿੱਤਲੀਆਂ ਨੇ, ਭਵਰੇ ਨੇ, ਤੇ ਐਸੀਆਂ ਕਈ ਆਪਣੀਆਂ ਮੂਲ ਪ੍ਰਜਾਤੀਆਂ ਜਿਨ੍ਹਾਂ ਦਾ ਵਰਣਨ ਗੁਰਬਾਣੀ ਦੇ ਵਿੱਚ ਆਇਆ, ਗੁਰੂ ਸਾਹਿਬ ਨੇ ਬੜੇ ਸ਼ੌਂਕ ਦੇ ਨਾਲ ਉਹਨੂੰ ਕਰਤੇ ਦੀ ਵਡਿਆਈ ਦੇ ਵਿੱਚ ਉਹਨਾਂ ਨੂੰ ਉਚਾਰਿਆ, ਉਹ ਸਾਰੀਆਂ ਅੱਜ ਮਿੱਟੀ 'ਚ ਮਿਲ ਰਹੀਆਂ, ਮਿਟ ਰਹੀਆਂ ਨੇ। ਉਹਨਾਂ ਦੀ ਸਾਰ ਸੰਭਾਲ ਕਰਨ ਲਈ ਇਹ ਬਣੇ ਨੇ ਗੁਰੂ ਨਾਨਕ ਪਵਿੱਤਰ ਜੰਗਲ। ਜੇ ਮੇਰਾ ਕੱਦ 5'8" ਹੈ ਤਾਂ ਅੱਜ ਇਹ ਜਿਹੜਾ ਸਭ ਤੋਂ ਲੰਮਾ ਬੂਟਾ ਤੁਸੀਂ ਦੇਖ ਰਹੇ ਹੋ ਇਹ 12 ਫੁੱਟ ਤੋਂ ਉੱਪਰ ਕਰੀਬ ਲੰਘ ਚੁੱਕਿਆ ਹੈ। ਤੇ ਅੱਜ ਦੀ ਅਪਡੇਟ ਹੈ ਵੀ ਇਹੀ ਹੈ ਕਿ ਫੋਰੈਸਟ ਦੀ ਗਰੋਥ ਹੈ ਜਿਹੜੀ, ਅਸੀਂ ਪਹਿਲਾਂ 2.5 ਫੁੱਟ ਦੇ ਬੂਟੇ ਲਗਾਏ ਸੀਗੇ ਜਦੋਂ 6 ਮਹੀਨੇ ਪਹਿਲਾਂ, ਤੇ ਕਰੀਬ 1.5-2 ਫੁੱਟ ਹਰ ਬੂਟਾ ਵੱਧ ਚੁੱਕਾ ਹੈ। ਜੇ ਮੈਂ ਪੱਤਿਆਂ ਦੀ ਗੱਲ ਕਰਾਂ ਤੇ 6-6, 8-8 ਪੱਤੇ ਸੀਗੇ, ਤੇ ਅੱਜ ਹਰ ਪੇੜ ਦੇ ਉੱਪਰ ਭਰਮਾਰ ਲੱਗੀ ਹੋਈ ਹੈ ਪੱਤਿਆਂ ਦੀ, ਤੇ ਫੋਰੈਸਟ ਦੀ ਡੈਂਸਿਟੀ ਆਲਰੇਡੀ 20 ਟਾਈਮਸ ਜਿਹੜੀ 20 ਗੁਣਾ ਹੋ ਚੁੱਕੀ ਹੈ, ਤੇ ਹਰ ਬੂਟਾ ਬਹੁਤ ਚੰਗੀ ਤਰ੍ਹਾਂ ਵੱਧ ਰਿਹਾ ਹੈ। ਇਸ ਫੋਰੈਸਟ ਦੇ ਵਿੱਚ ਜਾਣਾ ਔਖਾ ਹੈ। ਜੇ ਅਸੀਂ ਸੋਇਲ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਅਸੀਂ ਜ਼ਰੂਰ ਦੇਖਦੇ ਹਾਂ ਕਿ 6 ਮਹੀਨੇ 'ਚ ਜਿਹੜੀ ਜੰਗਲ ਦੀ ਮਿੱਟੀ ਦੀ ਸਮਾਚਾਰ ਕੀ ਹੈ, ਇਹਦੇ ਵਿੱਚ ਜਿਹੜੇ ਜੀਵ ਜੰਤੂ ਨੇ ਤੁਰਦੇ ਨਜ਼ਰ ਆ ਰਹੇ ਨੇ, ਇਹੀ ਸੋਇਲ ਦੀ ਕੰਡੀਸ਼ਨਿੰਗ ਹੈ। ਜੰਗਲ ਦੀ ਮਿੱਟੀ ਦੀ ਖੁਸ਼ਬੂ ਜਿਹੜੀ ਹੈ ਉਹ ਸੁੰਘਣ 'ਤੇ ਪਤਾ ਲੱਗਦਾ ਕਿ ਕਿੰਨੀ ਅਟਰੈਕਟਿਵ ਹੁੰਦੀ ਹੈ, ਰਿਪਲਸਿਵ ਨਹੀਂ ਹੁੰਦੀ। ਅਤੇ ਇਹ ਮਿੱਟੀ ਦੇ ਵਿੱਚ ਜਿਹੜਾ ਬਾਇਓਮਾਸ ਕੰਟੈਂਟ ਹੈ ਉਹ ਹੋਣ ਕਰਕੇ ਇਸ ਮਿੱਟੀ ਦੀ ਖੁਸ਼ਬੂ ਇੱਕ ਬਿਲਕੁਲ ਵਿਲੱਖਣ ਅਤੇ ਬਹੁਤ ਤਰੋ ਤਾਜ਼ਾ ਕਰਨ ਵਾਲੀ ਆ। ਸੋ ਪੰਜਾਬ ਦੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ਜਿਵੇਂ ਕਿ ਟਾਲੀ ਹੈ, ਮਹੂਆ ਹੈ, ਕੇਂਦੂ ਹੈ, ਢੱਕ ਹੈ, ਇਹ ਸਾਰੀਆਂ ਪ੍ਰਜਾਤੀਆਂ ਦਾ ਇੱਥੇ ਜਿਹੜਾ ਸੰਰਕਸ਼ਣ ਕੀਤਾ ਜਾ ਰਿਹਾ, ਇਹਨਾਂ ਦਾ ਬੀਜ ਬਣ ਕੇ ਸਾਰੇ ਪੰਜਾਬ ਦੇ ਵਿੱਚ ਅੱਗੋਂ ਇਹਨਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ। ਅਦਰਵਾਈਜ਼ ਇਹ ਪ੍ਰਜਾਤੀਆਂ ਦੇ ਸਾਨੂੰ ਬੀਜ ਲੱਭਣੇ ਹੀ ਨਹੀਂ। ਇਹਨਾਂ ਨੂੰ 2 ਟਾਈਮ ਪਾਣੀ, ਸਵੇਰ ਸ਼ਾਮ ਦੀ। ਅਤੇ ਸੌਖਾ ਹੀ ਹੈ ਕੰਮ? ਸੌਖਾ ਹੀ ਕੰਮ। ਠੀਕ ਹੈ ਜੀ, ਅਤੇ ਤੁਸੀਂ ਕੀ ਸੇਵਾ ਕਰਦੇ ਹੋ ਜੀ? ਮੈਂ ਇਹਨਾਂ ਨੂੰ ਸ਼ਾਮ ਨੂੰ ਬੂਟਿਆਂ ਨੂੰ ਪਾਣੀ ਪਾਉਣਾ ਜੀ। ਪਾਣੀ ਪਾਉਣਾ, ਮਜ਼ਾ ਆਉਂਦਾ ਪਾਣੀ ਪਾਉਣ ਦਾ? ਹਾਂਜੀ। ਤੇ ਕਿੰਨੇ ਕੁ ਪੰਛੀ ਚਿੜੀਆਂ ਇੱਥੇ ਆਉਂਦੇ ਆ? ਅੱਗੇ ਇੰਨੇ ਪੰਛੀ ਹੈ ਨਹੀਂ ਸੀ। ਹਾਂਜੀ, ਰੁੱਖ ਥੋੜੇ ਸੀ ਇੱਥੇ, ਤੇ ਉਹਨੇ ਕੇ ਹੈਗੇ ਪੰਛੀ ਹੁਣ ਜ਼ਿਆਦਾ ਹੋ ਗਏ। ਕਾਫੀ ਫਰਕ ਪਿਆ, ਤੇ ਆਵਾਜ਼ ਸੁਣਨ ਨੂੰ ਮਿਲਦੀ ਆ ਉਹਨਾਂ ਦੀ। ਅੱਛਾ, ਸ਼ਾਮ ਚੀ ਚੀ ਕਰਦੀ ਜਿਵੇਂ। ਸੋ ਵੀਰੋ ਤੇ ਭੈਣੋ, ਜੇ ਤੁਸੀਂ ਪੰਜਾਬ ਨੂੰ ਵਸਦਾ ਦੇਖਣਾ ਚਾਹੁੰਦੇ ਹੋ, ਪੰਜਾਬ ਦੇ ਵਿੱਚ ਤਾਜ਼ੀ ਆਬੋ ਹਵਾ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ, ਇੱਥੋਂ ਦੇ ਪੌਣ ਪਾਣੀ ਤੇ ਇੱਥੋਂ ਦੀ ਮਿੱਟੀ ਨੂੰ ਉਪਜਾਊ ਦੇਖਣਾ ਚਾਹੁੰਦੇ ਹੋ, ਤਾਂ ਈਕੋ ਸਿੱਖ ਦੇ ਗੁਰੂ ਨਾਨਕ ਪਵਿੱਤਰ ਜੰਗਲ ਪ੍ਰੋਜੈਕਟ ਨੂੰ ਸਪੋਰਟ ਕਰੋ, ਸਾਡੇ ਨਾਲ ਜੁੜੋ, ਤੇ ਹਰ ਪਿੰਡ ਦੇ ਵਿੱਚ, ਹਰ ਯੂਨੀਵਰਸਿਟੀ, ਹਰ ਕਾਲਜ, ਸਕੂਲ ਦੇ ਵਿੱਚ ਗੁਰੂ ਨਾਨਕ ਪਵਿੱਤਰ ਜੰਗਲ ਲਵਾਓ। ਬਿਊਰੋ ਰਿਪੋਰਟ, ਅਜੀਤ ਵੈਬ ਟੀਵੀ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਸਿੱਖ ਧਰਮ ਦੇ ਬਾਨੀ, ਮਹਾਨ ਦਾਰਸ਼ਨਿਕ,
कुल दुनिया दे राह दसीरे श्री गुरु नानक देव जी दे 550वें प्रकाश दिहाड़े दियां संसार भर दे कोने कोने विच वसदियां संगतां नूं लख लख मुबारकां। आओ गुरु साहिब दे दर्साए मार्ग ते चल के अपना जीवन सफला करिए, कुदरत बचाइए अते मनुखता दे हानि बनिए। इस महान अवसर ते अजीत वेब टीवी दी टीम अपने दर्शकां नूं श्री गुरु नानक देव जी दे 550वें प्रकाश दिहाड़े ते होण वाले समागमां दी लगातार पेशकारी दिखा के रूहानियत दे रंग नाल जोड़ेगी। सो लगातार वेखते रहो अजीत वेब टीवी।